ਹੇ ਗਾਇਜ਼, ਵੈਲਕਮ ਟੂ ਕੇ ਵਲੋਗਸ ਕੈਨੇਡਾ। ਲਾਸਟ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ, ਕੀਪ ਸਪੋਰਟਿੰਗ। ਅੱਜ ਦੀ ਆਪਣੀ ਵੀਡੀਓ ਜਿਹੜੀ ਹੈ ਉਹ ਪੈਕਿੰਗ ਟਿਪਸ ਦੇ ਉੱਪਰ ਹੈ। ਮੈਨੂੰ ਕਮੈਂਟਸ 'ਚ ਪੁੱਛਿਆ ਗਿਆ ਕਿ ਪੈਕਿੰਗ 'ਚ ਕੀ ਲਿਆਉਣਾ ਚਾਹੀਦਾ ਹੈ, ਕੀ ਨਹੀਂ ਲਿਆਉਣਾ ਚਾਹੀਦਾ ਹੈ, ਕੀ ਕੈਨੇਡਾ 'ਚ ਸਸਤਾ ਹੈ, ਕੀ ਇੰਡੀਆ ਤੋਂ ਲਿਆਉਣਾ ਬੈਨੀਫਿਸ਼ੀਅਲ ਹੈ, ਅਤੇ ਹੈਂਡਬੈਗ 'ਚ ਕੀ ਹੋਣਾ ਚਾਹੀਦਾ ਹੈ। ਉਹ ਸਾਰੀਆਂ ਚੀਜ਼ਾਂ ਅੱਜ ਆਪਾਂ ਇਸ ਵੀਡੀਓ 'ਚ ਕਵਰ ਕਰਾਂਗੇ, ਅਤੇ ਚਲੋ ਸ਼ੁਰੂ ਕਰਦੇ ਹਾਂ। ਹਾਂਜੀ, ਅਤੇ ਪੈਕਿੰਗ 'ਚ ਸਭ ਤੋਂ ਪਹਿਲੇ ਆਉਂਦੀ ਹੈ ਕਲੋਥਿੰਗ। ਆਪਾਂ ਪੰਜਾਬੀ ਹਾਂ, ਕੱਪੜੇ ਪੂਰੇ ਸ਼ੌਕ ਨਾਲ ਪਾਈਦੇ ਆ। ਟੌਰ ਕੱਢੀ ਦੀ ਹੈ, ਇੱਥੇ ਵੀ ਕੱਢਣੀ ਹੈ, ਚਲੋ ਜ਼ਰੂਰੀ ਹੈ। ਕੈਨੇਡਾ ਆਏ ਹਾਂ, ਪੂਰੇ ਸ਼ੌਕ ਨਾਲ ਪਾਵਾਂਗੇ ਕੱਪੜੇ ਸੋਹਣੇ ਸੋਹਣੇ। ਵਧੀਆ ਮੌਸਮ ਹੈ, ਜੈਕਟਾਂ ਜੁਕਟਾਂ ਸਵੈਟਸ਼ਰਟ ਸਭ ਕੁਛ ਪੈਂਦੀਆਂ ਜੀ, ਪੂਰੇ ਸ਼ੌਕ ਨਾਲ ਪੈਂਦੀਆਂ। ਸਭ ਤੋਂ ਪਹਿਲੇ ਪੈਕਿੰਗ 'ਚ ਆਉਂਦੀ ਹੈ ਟੀ ਸ਼ਰਟ। 5-6 ਟੀ ਸ਼ਰਟਾਂ ਰੱਖ ਲਓ, ਹਫ਼ਤਾ ਲੰਘ ਜਾਏਗਾ ਤੁਹਾਡਾ ਆਰਾਮ ਨਾਲ, ਅਤੇ ਫਿਰ ਤੁਸੀਂ ਰਿਪੀਟ ਕਰ ਸਕਦੇ ਹੋ। 6 ਟੀ ਸ਼ਰਟਾਂ ਲੈ ਕੇ ਆਓ। ਉਸ ਤੋਂ ਬਾਅਦ ਆਉਂਦੀ ਜੀਨਾਂ, 3-4 ਜੀਨਾਂ ਰੱਖ ਲਓ ਵਧੀਆ ਜੀਆਂ, ਬਲੈਕ ਬਲੂ ਜਿਹੜੇ ਰੰਗ ਵਧੀਆ ਰੈਗੂਲਰ ਪੈਂਦੇ ਆ, ਹਰ ਇੱਕ ਨਾਲ ਪੈ ਜਾਂਦੇ ਆ। ਜੀਨਸ ਰੱਖ ਲਓ। ਉਸ ਤੋਂ ਬਾਅਦ ਫੋਰਮਲ ਪੈਂਟਾਂ, 2 ਫੋਰਮਲ ਪੈਂਟਾਂ, 2 ਫੋਰਮਲ ਸ਼ਰਟਾਂ, ਕਿਉਂਕਿ ਇੱਥੇ ਤੁਹਾਡੀਆਂ ਇੰਟਰਵਿਊਜ਼ ਆ ਸਕਦੀਆਂ, ਜੋਬ ਮੇਲਾ ਵਗੈਰਾ ਲੱਗਣੇ ਆ, ਤੁਸੀਂ ਜਾਣਾ ਹੈਗਾ, ਕੋਈ ਫੰਕਸ਼ਨ ਹੋ ਸਕਦਾ, ਤੁਹਾਡੀ ਓਰੀਐਂਟੇਸ਼ਨ ਹੋ ਸਕਦੀ ਹੈ, ਤੁਹਾਨੂੰ ਫੋਰਮਲ ਕਲੋਥਸ ਦੀ ਲੋੜ ਪੈ ਸਕਦੀ ਹੈ। ਇਸ ਕਰਕੇ 2 ਜੋੜੇ ਫੋਰਮਲ ਕਲੋਥਸ ਦੇ ਆਪਣੇ ਰੱਖ ਲਓ। ਉਸ ਤੋਂ ਬਾਅਦ ਆਉਂਦਾ ਇੱਕ ਕੋਟ ਪੈਂਟ। ਕੋਈ ਮੈਰਿਜ ਫੰਕਸ਼ਨ ਆਉਂਦਾ, ਕੋਈ ਪ੍ਰੈਜੈਂਟੇਸ਼ਨ ਆਉਂਦੀ ਹੈ, ਕੁਛ ਵੀ ਆਉਂਦਾ, ਅਤੇ ਕੋਈ ਫੋਰਮਲ ਜਿੱਥੇ ਅਟਾਇਰ ਤੁਹਾਡਾ ਚਾਹੀਦਾ, ਉਹਦੇ ਲਈ ਤੁਹਾਨੂੰ ਇੱਕ ਕੋਟ ਪੈਂਟ ਦੀ ਲੋੜ ਪੈਣੀ ਪੈਣੀ ਹੈ। ਹੋ ਸਕੇ ਜੇ ਤੁਹਾਡੇ ਕੋਲ ਵੇਟ ਹੈ ਤਾਂ 2 ਵੀ ਰੱਖ ਲਓ, ਬਟ 1 ਤਾਂ ਰੱਖੋ ਹੀ ਰੱਖੋ, ਜ਼ਰੂਰੀ ਹੈ। ਇੱਥੇ ਮਹਿੰਗੇ ਹੈ, ਉੱਥੋਂ ਲੈ ਕੇ ਆਓ ਆਪਣੇ। ਉਸ ਤੋਂ ਬਾਅਦ ਆਉਂਦੇ ਕੁੜਤੇ ਪਜਾਮੇ। ਇੱਥੇ ਜਿੱਦਾਂ ਤੁਹਾਡਾ ਨਗਰ ਕੀਰਤਨ ਹੋ ਗਿਆ, ਜਾਂ ਹੋਰ ਰੀਜਨਲ ਫੰਕਸ਼ਨਸ ਹੋ ਗਏ, ਕੋਈ ਭੰਗੜੇ ਦਾ ਤੁਹਾਡਾ ਕੰਪੀਟੀਸ਼ਨ ਹੋ ਗਿਆ, ਕੁਛ ਵੀ ਤੁਸੀਂ ਕਿਸੇ ਚੀਜ਼ 'ਚ ਪਾਰਟੀਸਪੇਟ ਕਰਦੇ ਹੋ, ਜਾਂ ਕਿਤੇ ਤੁਸੀਂ ਗੁਰਦੁਆਰੇ ਜਾਣਾ ਹੈ, ਬੰਦੇ ਤਾਂ ਗੁਰਦੁਆਰੇ ਜਾਂਦੇ ਹੀ ਹੈ, ਹਰ ਹਫ਼ਤੇ ਗੁਰਦੁਆਰੇ ਜਾਣਾ ਹੁੰਦਾ, ਅਤੇ ਉੱਥੇ ਜਾਣ ਵਾਸਤੇ ਫਿਰ ਤੁਸੀਂ ਕੁੜਤਾ ਪਜਾਮਾ ਹੀ ਪਾ ਕੇ ਜਾਓ, ਵਧੀਆ ਟ੍ਰੈਡੀਸ਼ਨਲ ਲੱਗਦਾ, ਨਾਲੇ ਫੋਟੋਆਂ ਸੋਹਣੀਆਂ ਆਉਂਦੀਆਂ। ਅਤੇ ਉਸ ਤੋਂ ਬਾਅਦ ਆ ਜਾਂਦਾ ਤੁਹਾਡਾ ਸਵੈਟਸ਼ਰਟਸ। ਇੰਡੀਆ ਤੋਂ 3-4 ਗਰਮ ਸਵੈਟਸ਼ਰਟਸ ਲੈ ਕੇ ਆਓ, ਜਿੱਦਾਂ ਵਧੀਆ ਬ੍ਰੈਂਡ ਓਕਟੇਵ ਹੋ ਗਏ ਜਾਂ ਪੈਪੇ ਹੋ ਗਏ, ਇਹਨਾਂ ਕੋਲ ਵਧੀਆ ਗਰਮ ਵਾਰਮ ਸਵੈਟਸ਼ਰਟਸ ਹੁੰਦੀਆਂ, ਇੰਟਰਨੈਸ਼ਨਲ ਬ੍ਰਾਂਡਸ ਹੈ, ਇਹਨਾਂ ਕੋਲ ਇੰਟਰਨੈਸ਼ਨਲ ਵੈਦਰ ਦੇ ਅਕੋਰਡਿੰਗ, ਇਹਨਾਂ ਕੋਲ ਸਾਨੂੰ ਵਾਰਮ ਤੋਂ ਵਾਰਮ ਸਵੈਟਸ਼ਰਟਸ ਦਿਓ, ਤਾਂ ਕਿ ਤੁਹਾਡੇ ਇਸ ਵੈਦਰ 'ਚ ਚੱਲ ਜਾਣ। ਜੇ ਤੁਹਾਡੇ ਕੋਲ ਪਹਿਲੇ ਵੀ ਪਈਆਂ ਉਹ ਵੀ ਲੈ ਆਓ, ਅਤੇ ਜੇ ਨਹੀਂ ਹੈਗੀਆਂ ਤਾਂ 1-2 ਸਟਾਰਟਿੰਗ ਵਾਸਤੇ ਲੈ ਆਓ। ਇੱਥੇ ਵੈਸੇ ਵਿੰਟਰ ਕਲੋਥਸ ਮਿਲ ਜਾਂਦੇ ਆ, ਪਰ ਯਾਰ ਇੱਥੇ ਆ ਕੇ ਨਾ ਥੋੜ੍ਹੇ ਡਾਲਰ ਖਰਚਣੇ ਔਖੇ ਹੀ ਲੱਗਦੇ ਆ। ਉੱਥੇ ਤੁਹਾਡਾ ਇੱਕ ਬਜਟ ਹੁੰਦਾ ਕਿ ਤੁਸੀਂ ਕਿਹਾ ਕਿ ਤੁਸੀਂ ਇੰਨੇ ਪੈਸੇ ਜਿਹੜੇ ਆ ਉਹ ਸ਼ੋਪਿੰਗ ਵਾਸਤੇ ਰੱਖੇ ਹੋਏ ਆ, ਅਤੇ ਉੱਥੇ ਖਰਚਣੇ ਥੋੜ੍ਹੇ ਈਜ਼ੀ ਹੋ ਜਾਂਦੇ ਆ। ਇੱਥੇ ਆ ਕੇ ਥੋੜ੍ਹਾ ਲੱਗਦਾ ਯਾਰ ਕਿਉਂ ਐਵੇਂ ਡਾਲਰ ਲਾਉਣਾ। ਉਸ ਤੋਂ ਬਾਅਦ ਆਉਂਦਾ ਜੀ ਲੋਅਰ। ਲੋਅਰ ਤੁਸੀਂ ਲੈ ਕੇ ਆਉਣੇ ਆ 2 ਵਾਰਮ ਅਤੇ 2 ਕੋਟਨ ਦੇ ਸਮਰਸ ਵਾਸਤੇ। ਵਾਰਮ ਜਿਹੜੇ ਆ ਉਹ ਸਭ ਤੋਂ ਵਾਰਮ ਲੈ ਕੇ ਆਉਣੇ ਆ, ਜਿੰਨੇ ਤੁਹਾਨੂੰ ਮੈਕਸੀਮਮ ਮਿਲ ਸਕਣ, ਕਿਉਂਕਿ ਇੱਥੇ ਠੰਡ ਬਹੁਤ ਜ਼ਿਆਦਾ ਹੈ, ਅਤੇ ਵੈਸੇ ਤਾਂ ਚਲੋ ਇਨਰ ਵਗੈਰਾ ਬੰਦਾ ਪਾ ਲੈਂਦਾ, ਬਟ ਫਿਰ ਵੀ ਵਾਰਮ ਲੈ ਕੇ ਆਓ, ਤਾਂ ਕਿ ਤੁਹਾਡੀਆਂ ਜਿਹੜਾ ਤੁਹਾਨੂੰ ਠੰਡ ਘੱਟ ਲੱਗੇ। ਉਸ ਤੋਂ ਬਾਅਦ ਆਉਂਦਾ ਜੀ ਤੁਹਾਡਾ ਬੈਲਟ। 2 ਬੈਲਟਸ ਲੈ ਕੇ ਆਓ, ਇੱਕ ਬਲੈਕ ਇੱਕ ਬਰਾਊਨ, ਜੇ ਜ਼ਿਆਦਾ ਲਿਆਉਣਾ ਚਾਹੁੰਦੇ ਹੋ ਜ਼ਿਆਦਾ ਵੀ ਲੈ ਆਓ, ਪਰ ਬੈਲਟ ਲਿਆਉਣੀ ਜ਼ਰੂਰੀ ਹੈ, ਇੱਥੇ ਮਹਿੰਗੀਆਂ ਯਾਰ, ਬ੍ਰਾਂਡਡ ਕਿਉਂ ਐਵੇਂ ਪੈਸੇ ਖਰਚਣੇ ਆ। ਉਸ ਤੋਂ ਬਾਅਦ ਆ ਜਾਂਦੇ ਜੀ ਗਲਵਸ। ਗਲਵਸ ਜਿਹੜੇ ਆ ਉਹ ਇੱਥੇ ਆ ਕੇ ਲਓ, ਬਟ ਫਿਰ ਵੀ ਇਨੀਸ਼ੀਅਲ ਸਟੇਜ ਵਾਸਤੇ ਤੁਸੀਂ ਇੱਕ ਵਾਰਮ ਤੋਂ ਵਾਰਮ ਗਲਵਸ, ਜਿੱਦਾਂ ਡੀਕੈਥਲਨ ਵਗੈਰਾ ਦੇ, ਉਹਨਾਂ ਦੇ ਅੱਛੇ ਬ੍ਰਾਂਡਡ ਆਉਂਦੇ, ਉਹਨਾਂ ਕੋਲ ਟਰੈਕਿੰਗ ਵਾਸਤੇ ਗਰਮ ਗਲਵਸ ਹੁੰਦੇ ਆ, ਤੁਸੀਂ ਉਹ ਲਿਆ ਸਕਦੇ ਹੋ। ਉਸ ਤੋਂ ਅੱਗੇ ਆਉਂਦੇ ਆ ਜੀ ਅੰਡਰ ਗਾਰਮੈਂਟਸ। ਜਿਹੜੇ ਅੰਡਰ ਗਾਰਮੈਂਟਸ ਹੈ ਨਾ ਉਹ ਜ਼ਿਆਦਾ ਲੈ ਕੇ ਆਓ, ਜ਼ਿਆਦਾ ਇਨ ਦਾ ਸੈਂਸ ਕਿ 2 ਹਫ਼ਤਿਆਂ ਦੇ ਲੈ ਕੇ ਹੀ ਆਓ। ਉਹ ਇਸ ਕਰਕੇ ਕਿਉਂਕਿ ਇੱਥੇ ਜਿਹੜਾ ਲਾਂਡਰੀ ਅਸੀਂ ਰੈਗੂਲਰ ਨਹੀਂ ਕਰਦੇ, ਇੱਥੇ ਲਾਂਡਰੀ ਪੇਡ ਹੈ, ਜੇ ਪੇਡ ਨਹੀਂ ਵੀ ਹੈ ਤਾਂ ਤੁਹਾਡਾ ਲਾਈਫ ਸਟਾਈਲ ਇੰਨਾ ਬਿਜ਼ੀ ਹੈ ਕਿ ਤੁਹਾਨੂੰ ਲਾਂਡਰੀ ਕਰਨ ਦਾ ਟਾਈਮ ਨਹੀਂ ਮਿਲਦਾ, ਅਤੇ ਜਿਹੜੀ ਲਾਂਡਰੀ ਹੈ ਉਹ 2 ਹਫ਼ਤੇ 'ਚ 1 ਵਾਰੀ ਕਰਦਾ ਬੰਦਾ ਇੱਥੇ, ਇਸ ਕਰਕੇ 2 ਹਫ਼ਤੇ ਦੇ ਲੈ ਕੇ ਆਓ, ਤਾਂ ਕਿ ਉਹ ਟਾਈਮ ਤੁਹਾਡਾ ਈਜ਼ੀਲੀ ਨਿਕਲ ਜਾਏ, ਅਤੇ ਤੁਸੀਂ 2 ਹਫ਼ਤੇ ਬਾਅਦ ਫਿਰ ਲਾਂਡਰੀ ਕਰਕੇ ਅਤੇ ਆਪਣਾ ਰਿਪੀਟ ਕਰ ਸਕੋ। ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੈ ਉਹ ਹੈ ਜੈਕਟ। ਇਸ ਚੀਜ਼ ਨੂੰ ਲੈ ਕੇ ਬਹੁਤ ਕਨਫਿਊਜ਼ਨ ਹੈ ਕਿ ਸਨੋਅ ਜੈਕਟ ਉੱਥੋਂ ਲਿਆਈ ਜਾਵੇ ਜਾਂ ਇੱਥੇ ਆ ਕੇ ਲਈ ਜਾਵੇ, ਕਾਫੀ ਕਨਫਿਊਜ਼ਨ ਹੈ, ਬੱਚੇ ਕਾਫੀ ਕਨਫਿਊਜ਼ ਰਹਿੰਦੇ ਆ ਕਿ ਇੱਥੇ ਆ ਕੇ ਲਈਏ ਉੱਥੋਂ ਲੈ ਕੇ ਆਈਏ। ਮੇਰਾ ਪਰਸਨਲ ਇੱਦਾਂ, ਮੈਂ ਉੱਥੋਂ ਲੈ ਕੇ ਆਇਆ, ਮੈਂ ਡੀਕੈਥਲਨ ਦੀ -20 ਡਿਗਰੀਜ਼ ਤੱਕ ਹੈ ਉਹ ਜੈਕਟ, ਟਰੈਕਿੰਗ ਜੈਕਟ ਹੈ, ਮੈਂ ਉੱਧਰੋਂ ਲੈ ਕੇ ਹੀ ਆਇਆ, ਅਤੇ ਮੈਂ ਇੱਥੇ ਆ ਕੇ ਪਰਚੇਸ ਨਹੀਂ ਕਰੂੰਗਾ ਕਿਉਂਕਿ ਇੱਥੇ ਔਫ ਤਾਂ ਲੱਗਦੇ ਹੈ, ਬਟ ਤੁਹਾਨੂੰ ਤੁਹਾਡੇ ਮਤਲਬ ਦੀ ਮਿਲਦੀ ਹੈ, ਉਨੀ ਅੱਛੀ ਬ੍ਰੈਂਡਡ ਮਿਲਦੀ ਹੈ, ਉਸ ਪ੍ਰਾਈਸ ਰੇਂਜ 'ਚ ਮਿਲਦੀ ਹੈ, ਕਈ ਵਾਰੀ ਮਜਬੂਰੀ ਹੁੰਦੀ ਹੈ ਤਾਂ ਬੰਦੇ ਨੂੰ ਮਹਿੰਗੀ ਲੈਣੀ ਪੈ ਜਾਂਦੀ ਹੈ, ਅਤੇ ਇਸ ਕਰਕੇ ਮੈਂ ਟੂ ਬੀ ਔਨ ਦਾ ਸੇਫ ਸਾਈਡ, ਮੇਰੇ ਕੋਲ ਵੇਟ ਸੀਗਾ, ਮੈਂ ਰਜਾਈ ਨਹੀਂ ਲੈ ਕੇ ਆਇਆ, ਉਹਦੀ ਜਗ੍ਹਾ ਮੈਂ ਆਪਣੀ ਵਿੰਟਰ ਜੈਕਟ ਲਾਇਆ, ਕਿਉਂਕਿ ਰਜਾਈ ਕੰਬਲ ਇੱਥੇ ਸਸਤਾ ਹੀ ਹੈ, ਇੱਥੇ ਕੋਈ ਇੰਨਾ ਕੋਸਟਲੀ ਹੈ ਨਹੀਂ, ਉਹ ਇੰਡੀਆ ਦਾ ਪ੍ਰਾਈਸ ਦਾ ਹੀ ਹੈ, ਪਰ ਜੈਕਟ ਦਾ ਹੈ ਕਿ ਔਫ 'ਚ ਤੁਹਾਨੂੰ ਤੁਹਾਡੇ ਮਤਲਬ ਵੀ ਮਿਲੇ ਨਾ ਮਿਲੇ, ਇਸ ਕਰਕੇ ਮੈਂ ਰਿਸਕ ਨਹੀਂ ਲਿਆ, ਮੈਨੂੰ ਮਿਲ ਰਹੀ ਸੀ, ਇਸ ਕਰਕੇ ਮੈਂ ਉੱਥੇ -20-25 ਡਿਗਰੀਜ਼ ਵਾਲੀ ਲੈ ਹੀ ਆਇਆ ਉੱਥੋਂ, ਅਤੇ ਬਾਕੀ ਤੁਹਾਡੀ ਚੋਇਸ ਹੈ, ਤੁਸੀਂ ਉੱਥੋਂ ਲੈ ਕੇ ਆਉਣੀ ਹੈ ਡੀਕੈਥਲਨ ਦੀ, ਵੁੱਡਲੈਂਡ ਦੀ, ਕਾਫੀ ਅੱਛੀ ਆ ਜਾਂਦੀ ਹੈ, -25 ਡਿਗਰੀਜ਼ ਤੱਕ ਮਿਲ ਜਾਂਦੀ ਹੈ।
ਅਤੇ ਜੇ ਇੱਥੇ ਆ ਕੇ ਲੈਣੀ ਹੈ ਤਾਂ ਫਿਰ ਇੱਥੇ ਆ ਕੇ ਲੈ ਲਓ ਔਫ 'ਚ, ਜੇ ਤੁਹਾਨੂੰ ਤੁਹਾਡੇ ਮਤਲਬ ਦੀ ਮਿਲਦੀ ਹੈ। ਜੇ ਥੋੜ੍ਹੀ ਮਹਿੰਗੀ ਲੈਣੀ ਪਏ ਫਿਰ ਥੋੜ੍ਹੀ ਮਹਿੰਗੀ ਵੀ ਲੈ ਲਓ, ਕੋਈ ਐਸਾ ਇਸ਼ੂ ਨਹੀਂ ਹੈ। ਅਤੇ ਸਭ ਤੋਂ ਜ਼ਰੂਰੀ ਵਾਰਮਰਸ, ਜੋਕੀ ਨੇ ਸਪੈਸ਼ਲੀ ਇੰਟਰਨੈਸ਼ਨਲ ਕਲੈਕਸ਼ਨ ਲਾਂਚ ਕੀਤੀ ਹੈ, ਥੋੜ੍ਹੀ ਕੋਸਟਲੀ ਹੈ ਨੋਰਮਲ ਨਾਲੋਂ, ਲੇਕਿਨ ਉਹ ਫੋਰ ਮਾਈਨਸ ਟੈਂਪਰੇਚਰ, ਮੈਂ ਉਹੀ ਲੈ ਕੇ ਆਇਆ। ਜੋਕੀ ਦੀ ਇੰਟਰਨੈਸ਼ਨਲ ਕਲੈਕਸ਼ਨ ਹੈ, ਤੁਸੀਂ ਉਹਨਾਂ ਦੇ ਸ਼ੋਰੂਮ ਤੋਂ ਜਾ ਕੇ ਪਰਚੇਸ ਕਰ ਸਕਦੇ ਹੋ, ਅਤੇ ਉਹ ਬੈਟਰ ਹੈ ਨੋਰਮਲ ਵਾਰਮਰ ਨਾਲੋਂ ਉਹ ਲਿਆਉਣਾ, ਕਿਉਂਕਿ ਉਹ ਪਤਲਾ ਵੀ ਹੈ, ਤੁਹਾਨੂੰ ਪਾਇਆ ਪਤਾ ਵੀ ਨਹੀਂ ਲੱਗਦਾ, ਪਲੱਸ ਉਹ ਵਾਰਮ ਵੀ ਬਹੁਤ ਹੈ, ਕਿਉਂਕਿ ਉਹ ਸਪੈਸ਼ਲੀ ਇਸ ਇੰਟਰਨੈਸ਼ਨਲ ਵੈਦਰ, ਮਾਈਨਸ ਵੈਦਰ ਲਈ ਬਣਾਇਆ ਗਿਆ। ਤੁਸੀਂ ਉਸ ਵਾਰਮਰ ਦੇ 3 ਜਾਂ 4 ਜੋੜੇ ਲੈ ਕੇ ਆ ਸਕਦੇ ਹੋ ਟੋਟਲ, ਮਤਲਬ ਅਪਰ ਵੀ ਅਤੇ ਲੋਅਰ ਵੀ, ਤੁਸੀਂ ਉਹਦੇ 3-4 ਜੋੜੇ ਲੈ ਆਓ, ਅਤੇ ਤੁਹਾਡਾ ਈਜ਼ੀਲੀ ਵਿੰਟਰਸ ਬਹੁਤ ਆਰਾਮ ਨਾਲ ਨਿਕਲ ਜਾਣਗੇ, ਕਿਉਂਕਿ ਉਹ ਬਹੁਤ ਹੀ ਵਾਰਮ ਹੈ, ਅਤੇ ਇੱਦਾਂ ਤੁਹਾਨੂੰ ਪਾਇਆ ਪਤਾ ਵੀ ਨਹੀਂ ਲੱਗਦੇ ਹੈਗੇ, ਈਜ਼ੀ ਟੂ ਵੇਅਰ ਹੈ, ਅਤੇ ਉਹ ਜ਼ਰੂਰ ਲੈ ਕੇ ਆਉਣਾ, ਇੰਪੋਰਟੈਂਟ ਚੀਜ਼। ਇਸ ਤੋਂ ਬਾਅਦ ਹੁਣ ਆ ਜਾਂਦੇ ਆ ਕੈਪਸ ਅਤੇ ਮਫਲਰਸ। 3 ਕੁ ਕੈਪਸ ਲਾਓ, 3 ਕੁ ਮਫਲਰ ਲਾਓ, ਵਾਰਮ ਲੈ ਕੇ ਆਉਣਾ, ਕਿਉਂਕਿ ਮਫਲਰ ਅਤੇ ਕੈਪ ਦੀ ਜਿਹੜੀ ਕੁਆਲਿਟੀ ਹੈ ਉਹ ਇੰਡੀਆ ਦੀ ਬੈਟਰ ਹੈ, ਜੋ ਮੈਂ ਇੱਥੇ ਦੇਖਿਆ ਮਫਲਰ ਜਿਹੜੇ ਇੰਡੀਆ ਦੇ ਹੈ ਉਹ ਵਾਰਮ ਹੈ, ਉੱਥੇ ਤੁਹਾਨੂੰ ਵੂਲਨ ਦੇ ਮਿਲ ਜਾਣਗੇ, ਹੋਰ ਅੱਛੇ ਮਿਲ ਜਾਣਗੇ, ਅਤੇ ਤੁਸੀਂ 3 ਕੁ ਮਫਲਰ ਅਤੇ 3 ਕੁ ਕੈਪ ਲੈ ਕੇ ਹੀ ਆਓ ਸੇਫ ਸਾਈਡ, ਕਿਉਂਕਿ ਜੇ ਤੁਸੀਂ ਵਿੰਟਰ 'ਚ ਆ ਰਹੋ ਫਿਰ ਤਾਂ ਬਹੁਤ ਜ਼ਰੂਰੀ ਹੈ, ਜੇ ਸਮਰ 'ਚ ਵੀ ਆ ਰਹੇ ਹੋ ਜਾਂ ਸਪਰਿੰਗ 'ਚ ਵੀ ਆ ਰਹੇ ਹੋ ਤੁਸੀਂ ਫਿਰ ਵੀ ਲੈ ਕੇ ਹੀ ਆਓ, ਰੱਖ ਲੈਣਾ ਪੈਕਿੰਗ 'ਚ ਕੀ ਲੋੜ ਹੈ ਵੀ ਇੱਥੋਂ ਪੈਸੇ ਖਰਚਣ ਦੀ, ਅਤੇ ਉੱਥੋਂ ਲਿਆਉਣੇ ਹੀ ਇਹ ਚੀਜ਼ਾਂ ਬੈਟਰ ਨੇ। ਅਤੇ ਸੌਕਸ ਲਿਆਓ ਤੁਸੀਂ 10 ਕੁ ਜੋੜੇ ਲਿਆਓ, ਅਤੇ ਵਿੱਚੋਂ 5 ਵਾਰਮ ਲਿਆਓ ਅਤੇ 5 ਕੋਟਨ ਦੇ ਲਿਆਓ, 2 ਐਂਕਲ ਸੌਕਸ ਲਿਆਓ। ਸੌਕਸ ਜ਼ਿਆਦਾ ਲੈ ਕੇ ਆਓ, ਕਿਉਂਕਿ ਐਜ਼ ਮੈਂ ਤੁਹਾਨੂੰ ਦੱਸਿਆ ਕਿ ਲੌਂਡਰੀ ਇੱਥੇ ਆਪਾਂ 2 ਹਫ਼ਤੇ 'ਚ ਇੱਕ ਵਾਰੀ ਕਰਦੇ ਹਾਂ, ਅਤੇ ਸੌਕਸ ਤਾਂ ਪਾਉਣੀਆਂ ਹੀ ਹੁੰਦੀਆਂ, ਕਿਉਂਕਿ ਬਾਹਰ ਚਾਹੇ ਸਰਦੀ ਹੈ ਚਾਹੇ ਗਰਮੀ ਹੈ, ਸ਼ੂਜ਼ ਦੇ ਨਾਲ ਸੌਕਸ ਤਾਂ ਜ਼ਰੂਰੀ ਹੈ। ਅਤੇ ਜਿਮ ਵਾਸਤੇ 2 ਐਂਗਲ ਸੌਕਸ ਲਿਆਓ। ਕਲੋਦਿੰਗ ਦੇ ਵਿੱਚ ਆ ਜਾਂਦੀ ਹੋਰ ਜੀ ਬੈੱਡਸ਼ੀਟ। ਬੈੱਡਸ਼ੀਟ ਤੁਸੀਂ 2 ਲੈ ਕੇ ਆਉਣੀ ਹੈ, 1 ਕੋਟਨ ਦੀ ਲੈ ਕੇ ਆਉਣੀ ਹੈ ਅਤੇ 1 ਵਾਰਮ ਬੈੱਡਸ਼ੀਟ ਲੈ ਕੇ ਆਉਣੀ ਹੈ। ਅਤੇ ਇੱਥੇ ਜਿਹੜੇ ਬੈੱਡ ਹੈ ਉਹ ਤੁਹਾਨੂੰ ਸਟਾਰਟਿੰਗ 'ਚ ਮੈਟਰੈਸ ਮਿਲੇਗਾ ਜਾਂ ਸਿੰਗਲ ਬੈੱਡ ਮਿਲੇਗਾ, ਇਸ ਕਰਕੇ ਤੁਸੀਂ ਉਹ ਸਿੰਗਲ ਵੀ ਲੈ ਕੇ ਆ ਸਕਦੇ ਹੋ। ਜੇ ਡਬਲ ਵੀ ਲੈਓਗੇ ਤਾਂ ਤੁਸੀਂ ਉਹਨੂੰ ਫੋਲਡ ਕਰਕੇ ਡਬਲ ਕਰਕੇ ਵਿਛਾ ਸਕਦੇ ਹੋ, ਉਹ ਕੋਈ ਪ੍ਰੋਬਲਮ ਨਹੀਂ ਹੈ। ਮਤਲਬ ਸਟਾਰਟਿੰਗ 'ਚ ਤੁਹਾਨੂੰ ਸਿੰਗਲ ਬੈੱਡ ਹੀ ਮਿਲੇਗਾ, ਇਸ ਕਰਕੇ ਜੇ ਸਿੰਗਲ ਹੈ ਉੱਥੇ ਵਧੀਆ, ਕੋਈ ਇਸ਼ੂ ਨਹੀਂ ਹੈ। ਬਾਅਦ 'ਚ ਤੁਸੀਂ ਡਬਲ ਬੈੱਡ ਮੰਗਵਾ ਸਕਦੇ ਹੋ, ਤੁਸੀਂ ਅਪਾਰਟਮੈਂਟ ਸ਼ਿਫਟ ਕਰੋਗੇ ਜਾਂ ਕੋਈ ਵੱਡਾ ਅਪਾਰਟਮੈਂਟ ਲੈ ਲਓਗੇ। ਸਟਾਰਟਿੰਗ ਲਈ ਤੁਸੀਂ 1 ਵਾਰਮ ਬੈੱਡਸ਼ੀਟ ਅਤੇ 1 ਕੋਟਨ ਦੀ ਬੈੱਡਸ਼ੀਟ ਲੈ ਕੇ ਆਉਂਦੇ। ਉਸ ਤੋਂ ਬਾਅਦ ਆਉਂਦੇ ਆ ਜੀ ਹੈਂਕੀ। ਹੈਂਕੀ ਦਾ ਤੁਸੀਂ 10 ਕੁ ਲਿਆਓ, ਮਤਲਬ ਫੁੱਲ ਸਾਈਜ਼ ਹੈਂਕੀ ਲਿਆਓ 10 ਕੁ, ਜੇ ਤੁਸੀਂ ਜ਼ਿਆਦਾ ਯੂਜ਼ ਕਰਦੇ ਹੋ, ਜਿੱਦਾਂ ਮੈਂ ਜ਼ਿਆਦਾ ਯੂਜ਼ ਕਰਦਾ, ਮੇਰੇ ਰੈਗੂਲਰ ਯੂਜ਼ ਹੈ, ਅਤੇ ਫਿਰ 10 ਕੁ ਹੈਂਕੀ ਤਾਂ ਚਾਹੀਦੇ ਹੀ ਹੁੰਦੇ ਆ, ਅਤੇ 10 ਕੁ ਜ਼ਰੂਰ ਲਿਆਓ। ਹਾਂਜੀ, ਕਲੋਦਿੰਗ ਤੋਂ ਬਾਅਦ ਆਉਂਦੇ ਆ ਜੀ ਫੁੱਟਵੇਅਰ। ਫੁੱਟਵੇਅਰ ਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੇ ਮਰਜ਼ੀ ਜੋੜੇ ਲਿਆਓ, ਪਰ ਰੈਗੂਲਰ ਯੂਜ਼ ਲਈ ਜੋ ਨੋਰਮਲ ਲੈ ਕੇ ਆਉਣੇ ਚਾਹੀਦੇ ਹੈ ਉਹ ਹੈਗੇ ਆ ਜੀ, 2 ਤੁਸੀਂ ਕੈਜੂਅਲ ਲਿਆਓ ਅਤੇ 2 ਫੋਰਮਲ ਲਿਆਓ, ਵਿੱਚੋਂ 1 ਸਪੋਰਟਸ ਹੋਣ, ਇਹਦਾ ਧਿਆਨ ਰੱਖਣਾ, ਕਿਉਂਕਿ ਤੁਰਨਾ ਜ਼ਿਆਦਾ ਪੈਂਦਾ, ਅਤੇ ਜਿਹੜੇ ਸਪੋਰਟਸ ਹੈ ਉਹ ਤੁਸੀਂ ਥੋੜ੍ਹੇ ਅੱਛੇ ਲੈ ਕੇ ਆਉਣਾ, ਬ੍ਰਾਂਡਡ ਜਿੱਦਾਂ ਨਾਈਕੀ ਜਾਂ ਐਡੀਡਾਸ ਦੇ ਵਧੀਆ ਹੋਣ। ਅਤੇ ਉਸ ਦੇ ਨਾਲ 1 ਸਨੀਕਰਸ ਲਿਆਓ, ਅਤੇ 2 ਫੋਰਮਲ ਜਾਂ 1 ਫੋਰਮਲ ਵੀ ਲਿਆ ਸਕਦੇ ਹੋ ਜੇ ਤੁਹਾਡਾ ਚੱਲਦਾ। ਮੈਂ 2 ਫੋਰਮਲਸ ਲੈ ਕੇ ਆਇਆ ਸੀ, 1 ਬਰਾਊਨ ਅਤੇ 1 ਬਲੈਕ, ਕਿਉਂਕਿ ਜਦੋਂ ਤੁਸੀਂ ਫੋਰਮਲ ਪੈਂਟ ਪਾਉਣੀ ਹੈ ਜਾਂ ਫੋਰਮਲ ਕੋਟ ਪੈਂਟ ਵਗੈਰਾ ਪਾਉਣਾ ਹੈ ਤਾਂ ਉਹਦੇ ਨਾਲ ਫੋਰਮਲ ਸ਼ੂਜ਼ ਹੀ ਪਹਿਣਗੇ, ਸਪੋਰਟ ਸ਼ੂਜ਼ ਤਾਂ ਪਾ ਨਹੀਂ ਸਕਦੇ। ਇਸ ਕਰਕੇ ਫੋਰਮਲ ਸ਼ੂਜ਼ ਜ਼ਰੂਰ ਲੈ ਕੇ ਆਓ, ਨਾਲ ਕੈਜੂਅਲ ਸ਼ੂਜ਼ ਲੈ ਕੇ ਆਓ। ਚੱਪਲਾਂ ਲੈ ਕੇ ਆਉਣੀਆਂ, 2 ਜੋੜੇ ਚੱਪਲਾਂ ਦੇ ਲੈ ਕੇ ਆਓ, 1 ਬਾਥਰੂਮ ਚੱਪਲ, 1 ਨੋਰਮਲ ਘਰ ਪਾਉਣ ਵਾਸਤੇ। ਅਤੇ ਕਲੋਦਿੰਗ ਦੇ ਵਿੱਚ ਟਾਵਲ ਰਹਿ ਗਿਆ ਸੀਗਾ, ਟਾਵਲ ਜ਼ਰੂਰ ਰੱਖ ਲੈਣਾ, 2 ਫੁੱਲ ਟਾਵਲ ਰੱਖ ਲੈਣਾ ਅਤੇ 2 ਛੋਟੇ ਟਾਵਲ ਰੱਖ ਲੈਣਾ। ਕਲੋਦਿੰਗ ਤੋਂ ਬਾਅਦ ਹੁਣ ਆਉਂਦੇ ਆ ਜੀ ਕਿਚਨ ਯੂਟੈਂਸਿਲ। ਕਿਚਨ ਯੂਟੈਂਸਿਲ ਤੁਸੀਂ ਸਾਰੇ ਲੈ ਕੇ ਆਉਣੇ ਆ, A to Z ਜਿੰਨੇ ਵੀ ਹੁੰਦੇ ਆ। ਜਿੱਦਾਂ 1 ਕੁੱਕਰ ਲੈ ਕੇ ਆਉਣਾ, ਛੋਟੇ ਤੋਂ ਛੋਟਾ, ਕਿਉਂਕਿ ਤੁਸੀਂ ਇਕੱਲਿਆਂ ਦੀ ਰੋਟੀ ਬੰਨੀ ਹੈ, ਅਤੇ ਇਸ ਕਰਕੇ ਜਿੰਨਾ ਛੋਟਾ ਹੋ ਸਕਦਾ ਵਧੀਆ। ਇੰਡਕਸ਼ਨ ਲੈ ਕੇ ਆਉਣਾ, ਸਭ ਤੋਂ ਮੇਨ ਚੀਜ਼ ਜਿਹੜੀ ਹੈ ਇੱਥੇ, ਜਿੰਨਾ ਵੀ ਤੁਸੀਂ ਕਿਚਨ ਯੂਟੈਂਸਿਲ ਲੈ ਕੇ ਆਉਣਾ ਸਾਰਾ ਇੰਡਕਸ਼ਨ ਲੈ ਕੇ ਆਉਣਾ, ਕਿਉਂਕਿ ਇੱਥੇ ਪਤਾ ਨਹੀਂ ਹੁੰਦਾ ਤੁਹਾਨੂੰ ਗੈਸ ਵਾਲਾ ਮਿਲਣਾ ਹੈ ਅਪਾਰਟਮੈਂਟ ਜਾਂ ਇੰਡਕਸ਼ਨ ਵਾਲਾ ਮਿਲਣਾ ਹੈ, ਕਿਉਂਕਿ ਇੰਡਕਸ਼ਨ ਤਾਂ ਸਾਰਿਆਂ 'ਤੇ ਚੱਲ ਜਾਂਦਾ। ਇਸ ਕਰਕੇ ਜਿੰਨੇ ਵੀ ਭਾਂਡੇ ਲੈ ਕੇ ਆਓ ਸਾਰੇ ਇੰਡਕਸ਼ਨ ਲੈ ਕੇ ਆਓ। ਅਤੇ ਸਭ ਤੋਂ ਪਹਿਲੇ ਤੁਸੀਂ ਲਿਆਉਣਾ ਕੁੱਕਰ, ਉਸ ਤੋਂ ਬਾਅਦ ਲਿਆਉਣੀ ਤੁਸੀਂ ਕੜਾਈ, ਉਸ ਤੋਂ ਬਾਅਦ ਤੁਹਾਡਾ ਚਾਹ ਵਾਲਾ ਪੈਨ ਹੋ ਗਿਆ, ਤਵਾ ਹੋ ਗਿਆ, ਜਾਂ ਉਸ ਤੋਂ ਬਾਅਦ ਤੁਹਾਡਾ ਹੋ ਗਿਆ ਜਿਹਦਾ ਸਾਰੇ ਕਟੋਰੀਆਂ ਪਲੇਟਾਂ, ਛੋਟੇ ਬਾਊਲ, ਬਾਊਲ 3-4 ਲੈ ਆਉਣਾ, ਜਾਂ ਜਿਹੜੀ ਛੋਟੀ ਬਰਨੀਆਂ ਹੁੰਦੀਆਂ ਜਿਹਦੇ ਵਿੱਚ ਤੁਸੀਂ ਦਾਲਾਂ ਵਗੈਰਾ ਰੱਖਣੀ ਹੈ, ਚਮਚੇ, ਫੋਕ ਹੋ ਗਏ, ਚਾਕੂ ਹੋ ਗਿਆ, ਅਤੇ ਤੁਹਾਡੀ ਉਹ ਹੋ ਗਈ ਕੜਛੀ ਹੋ ਗਈ। ਇਹ ਚੀਜ਼ਾਂ ਮਤਲਬ ਕਿਚਨ ਦੀਆਂ ਜਿੰਨੀਆਂ ਵੀ ਸਾਰੀਆਂ ਯੂਟੈਂਸਿਲਸ ਹੈ ਤੁਸੀਂ ਥੋੜ੍ਹੀਆਂ ਥੋੜ੍ਹੀਆਂ ਲੈ ਕੇ ਆਉਣੀਆਂ, 2-2 ਜਾਂ 3-3 ਦੀ ਕੁਆਂਟਿਟੀ ਲੈ ਕੇ ਆਉਣੀ ਹੈ। ਜਿਹੜੇ ਮੇਨ ਭਾਂਡੇ ਆ ਉਹ ਕੋਸ਼ਿਸ਼ ਕਰਨਾ ਛੋਟੇ ਤੋਂ ਛੋਟੇ ਹੋਣ, ਜਿੱਦਾਂ ਕੁੱਕਰ ਜਾਂ ਪੈਨ ਹੋ ਗਿਆ ਜਾਂ ਕੜਾਹੀ ਹੋ ਗਈ ਜਾਂ ਤਵਾ ਹੋ ਗਿਆ। ਇਹ ਚੀਜ਼ਾਂ ਛੋਟੀਆਂ ਛੋਟੀਆਂ ਲੈ ਕੇ ਆਉਣਾ, ਪਰ ਲੈ ਕੇ ਸਾਰੀਆਂ ਇੰਡਕਸ਼ਨ ਉਹਨਾਂ ਦੇ ਵਧੀਆ ਕੁਆਲਿਟੀ ਦੀ ਲੈ ਕੇ ਆਉਣਾ, ਜਿੱਦਾਂ ਹੋ ਗਈ ਨੋਨ ਸਟਿੱਕ ਵਗੈਰਾ ਹੋ ਗਈ, ਉਹ ਚੀਜ਼ਾਂ ਲੈ ਕੇ ਆਉਣੀ ਹੈ। ਅਤੇ ਕਿਚਨ ਵਾਸਤੇ ਤੁਸੀਂ ਪੋਨੇ ਵਗੈਰਾ ਲੈ ਆਉਣਾ। ਕਿਚਨ ਯੂਟੈਂਸਿਲ ਤੋਂ ਬਾਅਦ ਆਉਂਦੇ ਆ ਜੀ ਮਸਾਲੇ। ਮਸਾਲੇ ਤੁਸੀਂ 100-100 ਗ੍ਰਾਮ ਦੇ ਪੈਕਟ ਲਿਆ ਸਕਦੇ ਹੋ, 200-200 ਗ੍ਰਾਮ ਦੇ ਪੈਕਟ ਲਿਆ ਸਕਦੇ ਹੋ, ਜਿੰਨਾ ਤੁਹਾਡਾ ਵੇਟ ਤੁਹਾਨੂੰ ਅਲਾਓ ਕਰਦਾ। ਬਾਕੀ ਮੈਂ 100-100 ਗ੍ਰਾਮ ਦੀ ਲੈ ਕੇ ਆਇਆ ਸੀ, ਕਿਉਂਕਿ ਮਸਾਲੇ ਜਿੰਨੇ ਮਰਜ਼ੀ ਲਿਆਓ ਯਾਰ, ਇੱਥੇ ਆ ਕੇ
ਬੋਕਸਿਸ ਜੇ ਬਣੇ ਹੁੰਦੇ ਆ ਉਹ ਜ਼ਰੂਰ ਲੈ ਕੇ ਆਉਣਾ, ਉਹ ਤੁਹਾਨੂੰ ਈਜ਼ੀ ਹੋ ਜਾਏਗਾ, ਤੁਹਾਨੂੰ ਮਤਲਬ ਕੈਰੀ ਕਰਨਾ ਮਸਾਲੇ ਜਾਂ ਜਦੋਂ ਤੁਸੀਂ ਸਬਜ਼ੀ ਵਗੈਰਾ ਬਣਾਉਣੀ ਆ ਉਹ ਪਾਣੇ ਈਜ਼ੀ ਹੋ ਜਾਣਗੇ, ਉਹਦੇ ਨਾਲ ਛੋਟੇ ਛੋਟੇ ਚਮਚੇ ਜਿਹੜੇ ਹੁੰਦੇ ਆ ਉਹ ਵੀ ਜ਼ਰੂਰ ਲੈ ਕੇ ਆਉਣਾ ਅਤੇ ਉਹ ਤੁਹਾਨੂੰ ਈਜ਼ੀ ਹੋ ਜਾਏਗਾ। ਇਹਦੇ ਨਾਲ ਚਾਹੋ ਤਾਂ ਤੁਸੀਂ ਛੋਟੀਆਂ ਛੋਟੀਆਂ ਪੁੜੀਆਂ ਬਣਾ ਸਕਦੇ ਹੋ, ਉਹਦੀਆਂ ਕੌਫੀ ਦੀਆਂ, ਚਾਹ ਦੀਆਂ, ਚੀਨੀ ਦੀਆਂ, ਜੇ ਤੁਸੀਂ ਆਪਣੇ ਕਿਸੇ ਰਿਲੇਟਿਵ ਜਾਂ ਕਿਸੇ ਫਰੈਂਡ ਕੋਲ ਆ ਰਹੇ ਹੋ ਫਿਰ ਇੰਨੀ ਲੋੜ ਨਹੀਂ ਹੈ ਇਹਨਾਂ ਚੀਜ਼ਾਂ ਦੀ ਕਿਉਂਕਿ ਉਹਦੇ ਕੋਲ ਸਾਰੀ ਗਰੋਸਰੀ ਹੋਏਗੀ। ਬਟ ਜੇ ਤੁਸੀਂ ਡਾਇਰੈਕਟਲੀ ਆਪਣੇ ਅਪਾਰਟਮੈਂਟ 'ਚ ਜਾ ਰਹੇ ਹੋ ਤਾਂ ਤੁਹਾਨੂੰ ਸਟਾਰਟਿੰਗ ਵਾਸਤੇ ਛੋਟੀ ਛੋਟੀ ਇਹਨਾਂ ਪੁੜੀਆਂ ਦੀ ਲੋੜ ਪਏਗੀ। ਕਿਚਨ ਯੂਟੈਂਸਿਲਸ ਦੇ ਨਾਲ ਹੀ ਤੁਸੀਂ ਇੱਕ ਟਿਫਿਨ, ਇੱਕ ਵਾਟਰ ਬੋਟਲ ਅਤੇ ਇੱਕ ਥਰਮਸ ਜ਼ਰੂਰ ਲੈ ਕੇ ਆਉਣੀ ਹੈ ਕਿਉਂਕਿ ਜਦੋਂ ਤੁਸੀਂ ਜੋਬ 'ਤੇ ਜਾਣਾ ਤਾਂ ਤੁਸੀਂ ਖਾਣਾ ਵਗੈਰਾ ਲੈ ਕੇ ਜਾਣਾ ਤਾਂ ਤੁਸੀਂ ਆਪਣੇ ਟਿਫਿਨ ਤੁਹਾਨੂੰ ਚਾਹੀਦਾ ਹੋਏਗਾ ਉਸ ਚੀਜ਼ ਵਾਸਤੇ, ਅਤੇ ਚਾਹ ਵੀ ਲੈ ਕੇ ਜਾਣੀ ਹੈ ਜਾਂ ਕੌਫੀ ਲੈ ਕੇ ਜਾਣੀ ਹੈ ਉਹਦੇ ਲਈ ਤੁਹਾਨੂੰ ਥਰਮਸ ਦੀ ਲੋੜ ਪੈਣੀ ਹੀ ਪੈਣੀ ਹੈ। ਯੂਟੈਂਸਿਲਸ ਤੋਂ ਬਾਅਦ ਹੁਣ ਆ ਜਾਂਦਾ ਜੀ ਇਲੈਕਟ੍ਰੋਨਿਕਸ। ਇਲੈਕਟ੍ਰੋਨਿਕਸ ਦੇ ਵਿੱਚ ਤੁਸੀਂ ਲੈ ਕੇ ਆਉਣਾ ਆਪਣਾ ਲੈਪਟਾਪ, ਫੋਨ, ਟ੍ਰਿਮਰ, ਤੁਹਾਡੀਆਂ ਸਾਰੀਆਂ ਵਾਇਰਸ, ਪੈਨ ਡਰਾਈਵ, ਬਲੂਟੂਥ ਸਪੀਕਰ, ਹੈੱਡਫੋਨਸ, ਐਵਰੀਥਿੰਗ ਦੈਟ ਯੂ ਹੈਵ ਇਨ ਯੂਰ ਇਲੈਕਟ੍ਰੋਨਿਕਸ। ਕਨਵਰਟਰਸ ਲੈ ਕੇ ਆਉਣੇ ਆ ਤੁਸੀਂ ਜਿਹੜੇ ਕੈਨੇਡੀਅਨ ਸਵਿਚਿਸ ਵਾਸਤੇ ਹੁੰਦੇ ਆ, ਮਤਲਬ ਇੱਥੇ ਤੁਹਾਡਾ ਇੰਡੀਆ ਦਾ ਸਵਿਚ ਤਾਂ ਚੱਲਣਾ ਨਹੀਂ ਹੈ ਅਤੇ ਇੱਥੇ ਕੈਨੇਡੀਅਨ ਸਪੈਸ਼ਲੀ ਕਨਵਰਟਰਸ ਆਉਂਦੇ ਹੋ, ਦੋ ਤਿੰਨ ਕਨਵਰਟਰਸ ਜ਼ਰੂਰ ਲੈ ਕੇ ਆਓ ਕਿਉਂਕਿ ਉਹ ਸਵਿਚ ਤੁਹਾਡੇ ਤਾਂ ਹੀ ਕੰਮ ਕਰਨਗੇ ਜੇ ਤੁਸੀਂ ਤੁਹਾਡੇ ਕੋਲ ਕਨਵਰਟਰ ਹੋਏਗਾ ਇੱਥੇ, ਅਤੇ ਕਨਵਰਟਰ ਜ਼ਰੂਰ ਲੈ ਕੇ ਆਓ। ਇਲੈਕਟ੍ਰੋਨਿਕਸ ਤੋਂ ਬਾਅਦ ਹੁਣ ਆਉਂਦਾ ਜੀ ਮਿਸਲੇਨੀਅਸ ਸਟੱਫ। ਮਿਸਲੇਨੀਅਸ ਸਟੱਫ ਦੇ ਵਿੱਚ ਆ ਜਾਂਦਾ ਤੁਹਾਡਾ ਬਾਥਰੂਮ ਦਾ ਸਮਾਨ ਹੋ ਗਿਆ, ਜਿੱਦਾਂ ਤੁਹਾਡਾ ਟੁੱਥਬਰੱਸ਼ ਹੋ ਗਿਆ, ਪੇਸਟ ਹੋ ਗਈ, ਸੋਪ ਹੋ ਗਿਆ, ਸ਼ੈਂਪੂ ਹੋ ਗਿਆ, ਕੰਡੀਸ਼ਨਰ ਹੋ ਗਿਆ, ਫੇਸ ਵਾਸ਼ ਹੋ ਗਿਆ, ਇਹ ਸਾਰਾ ਛੋਟਾ ਛੋਟਾ ਸਮਾਨ ਤੁਸੀਂ ਲੈ ਕੇ ਆਉਣਾ, ਜ਼ਿਆਦਾ ਕੁਆਂਟਿਟੀ 'ਚ ਨਹੀਂ ਲੈ ਕੇ ਆਉਣਾ, ਛੋਟੀ ਛੋਟੀ ਟਿਊਬ, ਛੋਟਾ ਪੇਪਰ ਸੋਪ ਹੋ ਗਏ ਜਾਂ ਜਿੱਦਾਂ ਤੁਹਾਡਾ ਛੋਟੀ ਸ਼ੈਂਪੂ ਦੀ ਸ਼ੀਸ਼ੀ ਹੋ ਗਈ, ਛੋਟਾ ਹੇਅਰ ਆਇਲ ਹੋ ਗਿਆ, ਮਤਲਬ ਮਿਨੀਮਮ ਕੁਆਲਿਟੀ ਜਿਹੜੀ ਸਭ ਤੋਂ ਛੋਟੀ ਤੋਂ ਛੋਟੀ ਉਹਦੀ ਕੁਆਂਟਿਟੀ ਹੋਏਗੀ ਉਹ ਤੁਸੀਂ ਲੈ ਕੇ ਆਉਣੀ ਹੈ ਕਿਉਂਕਿ ਤੁਹਾਨੂੰ ਸਿਰਫ ਇੱਕ ਸਟਾਰਟਿੰਗ ਲਈ ਚਾਹੀਦਾ, ਉਸ ਤੋਂ ਬਾਅਦ ਤੁਸੀਂ ਇੱਥੋਂ ਪਰਚੇਸ ਕਰ ਲਈ। ਮਿਸਲੇਨੀਅਸ ਸਮਾਨ ਤੋਂ ਬਾਅਦ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੁਣ ਆ ਗਈ ਹੈ ਉਹ ਹੈ ਮੈਡੀਸਨਸ ਦਾ ਬਾਕਸ। ਮੈਡੀਸਨਸ ਦਾ ਬਾਕਸ ਤੁਸੀਂ ਜ਼ਰੂਰ ਲੈ ਕੇ ਆਉਣਾ ਹੈ ਕਿਉਂਕਿ ਇੱਥੇ ਮੈਡੀਸਨ ਬਹੁਤ ਮਹਿੰਗੀ ਹੈ, ਡਾਕਟਰਸ ਬਹੁਤ ਮਹਿੰਗੇ ਹੈ, ਅਤੇ ਤੁਹਾਨੂੰ ਮਤਲਬ ਇੰਸ਼ੋਰੈਂਸ ਕਲੇਮ ਕਰਨਾ ਪੈਂਦਾ ਹੈ ਯਾਰ, ਤੁਹਾਡੀ ਇੰਸ਼ੋਰ ਤਾਂ ਤੁਸੀਂ ਹੁੰਦੇ ਹੋ ਪਰ ਫਿਰ ਵੀ ਕਲੇਮ ਕਰਨਾ ਪੈਂਦਾ, ਤੁਹਾਨੂੰ ਇੰਸ਼ੋਰੈਂਸ ਪਾਲਿਸੀ ਆਪਣੇ ਕੋਲ ਰੱਖਣੀ ਪੈਂਦੀ ਹੈ। ਇਸ ਤੋਂ ਬੈਟਰ ਹੈ ਕਿ ਇੰਡੀਆ ਤੋਂ ਜਿਹੜੀ ਤੁਸੀਂ ਹੈ ਮੈਡੀਸਨ ਆਪਣੀ ਲੈ ਕੇ ਆਓ, ਜ਼ਰੂਰੀ ਜ਼ਰੂਰੀ ਹੈੱਡਏਕ ਦੀ ਹੋ ਗਈ, ਸਟਮਕ ਦੀ ਹੋ ਗਈ, ਫੀਵਰ ਦੀ ਹੋ ਗਈ, ਕੋਲਡ ਦੀ ਹੋ ਗਈ, ਮੇਨ ਮੇਨ ਮੈਡੀਸਨਸ ਜਿਹੜੀਆਂ ਉਹ ਤੁਸੀਂ ਲੈ ਕੇ ਆਉਣੀ ਹੋ। ਵੈਸੇ ਮੈਡੀਸਨਸ ਵਾਲਿਆਂ ਨੂੰ ਪਤਾ ਹੀ ਹੁੰਦਾ ਉਹਨਾਂ ਕੋਲ ਬੱਚੇ ਜਾਂਦੇ ਰਹਿੰਦੇ ਪੈਕ ਕਰਵਾਉਣ ਲਈ, ਉਹਨੂੰ ਪ੍ਰੋਪਰਲੀ ਰੈਪ ਕਰਕੇ ਉਹਨਾਂ ਨੂੰ ਕਹਿੰਦੇ ਸਾਨੂੰ ਹਰ ਜ਼ਰੂਰੀ ਮੈਡੀਸਨ ਤੁਸੀਂ ਜਿਹੜੀ ਹੈ ਪੈਕ ਕਰ ਦਿਓ ਅਤੇ ਉਹ ਤੁਹਾਨੂੰ ਈਜ਼ੀਲੀ ਪੈਕ ਕਰ ਦੇ। ਹਾਂਜੀ, ਤੁਹਾਡੇ 23 ਕਿਲੋ ਦੇ ਬੈਗਸ ਤੋਂ ਬਾਅਦ ਆਉਂਦਾ ਜੀ ਤੁਹਾਡਾ ਹੈਂਡ ਬੈਗ। ਹੈਂਡ ਬੈਗ ਜਿਹੜਾ ਹੈ ਉਹ ਤੁਹਾਨੂੰ 7 ਕਿਲੋ ਤੱਕ ਅਲਾਊਡ ਹੈ ਅਤੇ ਉਹਦੇ 'ਚ ਤੁਸੀਂ ਆਪਣੇ ਡਾਕੂਮੈਂਟਸ ਸਾਰੇ ਰੱਖਣੇ ਆ, ਓਰੀਜਨਲ ਡਾਕੂਮੈਂਟਸ ਰੱਖਣੇ ਆ, ਫਾਈਲ ਦੇ ਵਿੱਚ ਲਗਾ ਲੈਣਾ ਅਤੇ ਆਪਣੀ ਜਿਹੜੀ ਤੁਹਾਡੀ ਆਫਰ ਲੈਟਰ ਹੈ, ਪੇ ਸਲਿਪਸ ਹੈ, ਜੋ ਵੀ ਤੁਹਾਡੇ ਐਜੂਕੇਸ਼ਨ ਦੇ ਡਾਕੂਮੈਂਟਸ ਹੈ ਉਹ ਸਾਰੇ ਤੁਸੀਂ ਆਪਣੇ ਕੋਲ ਰੱਖਣੇ ਆ ਕਿਉਂਕਿ ਉਹ ਕਿਤੇ ਵੀ ਇਮੀਗ੍ਰੇਸ਼ਨ 'ਤੇ ਚੈੱਕ ਹੋ ਸਕਦੇ ਆ, ਤੁਹਾਨੂੰ ਪੁੱਛ ਸਕਦੇ ਆ ਉਹ। ਵੈਸੇ ਤਾਂ ਮੈਨੂੰ ਵੀ ਪੁੱਛਿਆ ਸੀਗਾ ਬਟ ਕਈ ਵਾਰੀ ਨਹੀਂ ਵੀ ਪੁੱਛਦੇ ਜੇ ਰਸ਼ ਜ਼ਿਆਦਾ ਹੋਵੇ, ਪਰ ਤੁਸੀਂ ਸੇਫ ਸਾਈਡ ਹੋ ਕੇ ਚੱਲਣਾ ਤਾਂ ਤੁਸੀਂ ਆਪਣੇ ਸਾਰੇ ਓਰੀਜਨਲ ਡਾਕੂਮੈਂਟਸ ਜਿਹੜੇ ਆ ਆਪਣੇ ਹੈਂਡ ਬੈਗ ਦੇ ਵਿੱਚ ਰੱਖਣੇ ਆ। ਬਾਕੀ ਸਫ਼ਰ ਵਾਸਤੇ ਜੇ ਤੁਸੀਂ ਕੁਝ ਖਾਣ ਪੀਣ ਲਈ ਕੁਝ ਚਿਪਸ ਰੱਖਣੇ ਆ ਜਾਂ ਕੋਈ ਡਰਾਈ ਫਰੂਟ ਰੱਖਣਾ ਹੈ ਜਾਂ ਹੋਰ ਨਟਸ ਰੱਖਣੇ ਆ ਤੁਸੀਂ ਉਹ ਰੱਖ ਸਕਦੇ ਹੋ, ਅਲਾਊਡ ਹੈ, ਕੋਈ ਕੁਛ ਨਹੀਂ ਕਹੇਗਾ। ਵਾਟਰ ਬੋਟਲ ਨੂੰ ਖਾਲੀ ਰੱਖਣਾ ਹੈ, ਸਿਕਿਉਰਟੀ ਚੈੱਕ ਦੇ ਵਿੱਚੋਂ ਲਿਕੁਇਡ ਨਹੀਂ ਪਾਸ ਹੋਏਗਾ। ਤੁਸੀਂ ਅੰਦਰ ਜਾ ਕੇ ਏਅਰਪੋਰਟ ਦੇ ਉੱਥੋਂ ਫਿਲਿੰਗ ਸਟੇਸ਼ਨਸ ਹੁੰਦੇ ਆ ਉੱਥੋਂ ਆਪਣਾ ਫਿਲ ਕਰਵਾ ਸਕਦੇ ਹੋ। ਬਾਕੀ ਬੋਟਲ ਜਿਹੜੀ ਹੈ ਉਹ ਐਮਟੀ ਹੀ ਰੱਖਣੀ ਹੈ ਜਦੋਂ ਤੁਸੀਂ ਸਿਕਿਉਰਟੀ ਚੈੱਕ ਕ੍ਰੋਸ ਕਰਨਾ ਹੈ। ਤੁਸੀਂ ਵਾਟਰ ਬੋਟਲ ਰੱਖਣੀ ਹੈ, ਡਾਕੂਮੈਂਟਸ ਰੱਖਣੇ ਹੈ, ਜੇ ਬਾਈ ਚਾਂਸ ਤੁਹਾਡੇ ਸੂਟਕੇਸ ਫੁੱਲ ਹੋ ਸਕਦੇ ਆ ਤਾਂ ਤੁਸੀਂ ਆਪਣੇ ਬੈੱਡ ਸ਼ੀਟਸ ਪਜਾਮੇ ਉਹ 'ਚੋਂ ਕੁਝ ਕੱਪੜੇ ਕੱਢ ਕੇ ਆਪਣੇ ਹੈਂਡ ਬੈਗ 'ਚ ਰੱਖ ਸਕਦੇ ਹੋ, ਕੋਈ ਮਨਾ ਨਹੀਂ ਕਰੇਗਾ, ਤੁਸੀਂ ਈਜ਼ੀਲੀ ਚੈੱਕ ਇਨ ਕ੍ਰੋਸ ਕਰ ਜਾਓਗੇ। ਬਾਕੀ ਇੱਕ ਪਾਊਚ ਰੱਖ ਲੈਣਾ ਜਿਹਦੇ 'ਚ ਤੁਸੀਂ ਆਪਣਾ ਪਾਸਪੋਰਟ ਜਾਂ ਆਪਣੇ ਬੋਰਡਿੰਗ ਪਾਸਿਸ ਰੱਖ ਸਕਦੇ ਹੋ। ਬਾਕੀ ਇੱਕ ਲੈਪਟਾਪ ਬੈਗ ਅਲਾਊਡ ਹੈ, ਆਪਣਾ ਪਾਵਰ ਬੈਂਕ, ਬਲੂਟੂਥ ਸਪੀਕਰ, ਹੈੱਡਫੋਨਸ, ਸਾਰਾ ਕੁਝ ਤੁਸੀਂ ਉਸ ਲੈਪਟਾਪ ਬੈਗ ਦੇ ਵਿੱਚ ਰੱਖ ਸਕਦੇ ਹੋ। ਲੈਪਟਾਪ ਬੈਗ ਹੈ ਉਹ ਤੁਸੀਂ ਇੱਕ ਵਾਰੀ ਆਪਣੀ ਏਅਰਲਾਈਨ 'ਤੇ ਸਾਈਟ 'ਤੇ ਜਾ ਕੇ ਚੈੱਕ ਕਰ ਲੈਣਾ ਕਿ ਅਲਾਊਡ ਹੈ ਜਾਂ ਨਹੀਂ ਅਲਾਊਡ ਹੈ। ਕਈ ਵਾਰੀ ਅਲਾਊਡ ਹੁੰਦਾ, ਕਈ ਵਾਰੀ ਨਹੀਂ ਅਲਾਊਡ ਹੁੰਦਾ, ਅਤੇ ਜਿਹੜਾ ਤੁਹਾਡਾ ਲੈਪਟਾਪ ਅਤੇ ਤੁਹਾਡਾ ਚਾਰਜਰ ਹੈ ਉਹ ਤੁਹਾਨੂੰ ਤੁਹਾਡੇ ਹੈਂਡ ਬੈਗ ਦੇ ਵਿੱਚ ਹੀ ਰੱਖਣਾ ਪੈਂਦਾ। ਮੇਰੀ ਏਅਰਲਾਈਨ 'ਚ ਜਿਹੜਾ ਸੀਗਾ ਉਹ ਲੈਪਟਾਪ ਬੈਗ ਅਲਾਊਡ ਸੀਗਾ, ਇਸ ਕਰਕੇ ਮੈਂ ਲੈ ਕੇ ਗਿਆ ਸੀ। ਬਾਕੀ ਜੇ ਨਹੀਂ ਅਲਾਊਡ ਹੈ ਫਿਰ ਤੁਸੀਂ ਹੈਂਡ ਬੈਗ ਦੇ ਵਿੱਚ ਹੀ ਲੈਪਟਾਪ ਆਪਣਾ ਰੱਖੋ। ਸਮਾਨ ਦੀ ਲਿਸਟ ਹੋ ਗਈ ਹੈ ਆਪਣੀ ਕੰਪਲੀਟ। ਜੇ ਕੋਈ ਸਮਾਨ ਰਹਿ ਗਿਆ ਹੋਏਗਾ ਜਾਂ ਮੈਂ ਕੁਝ ਦੱਸਣਾ ਭੁੱਲ ਗਿਆ ਹੋਊਂਗਾ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ, ਮੈਂ ਉੱਥੇ ਆਨਸਰ ਕਰ ਦੂੰਗਾ। ਇੱਕ ਰਿਟਨ ਲਿਸਟ ਜਿਹੜੀ ਹੈ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਲੂੰਗਾ, ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ। 23 ਕਿਲੋ ਦੇ 2 ਬੈਗੇਜ ਹੈ, ਇੱਕ ਹੈਂਡ ਬੈਗ ਹੈ, ਇੱਕ ਲੈਪਟਾਪ ਬੈਗ ਹੈ। ਕਈ ਫਲਾਈਟਸ ਦੇ ਵਿੱਚ 23 ਕਿਲੋ ਦੇ 3 ਵੀ ਅਲਾਊਡ ਹੁੰਦੇ ਆ, ਜੇ ਉਹ ਹੋ ਜਾਵੇ ਫਿਰ ਤਾਂ ਬਹੁਤ ਹੀ ਵਧੀਆ, ਤੁਹਾਡਾ ਬਹੁਤ ਸਮਾਨ ਉੱਥੋਂ ਆ ਜਾਏਗਾ, ਤੁਹਾਡੀ ਰਜਾਈ ਵੀ ਆ ਸਕਦੀ ਹੈ ਉੱਥੋਂ, ਜੇ ਤੁਸੀਂ ਉਹਨੂੰ ਏਅਰ ਟਾਈਟ ਪੈਕ ਕਰਵਾ ਲਓਗੇ ਉਹ ਵੀ ਆ ਜਾਏਗੀ। ਬਟ ਨੋਰਮਲੀ 2